ਅਸਲਾਮੁਆਲੇਕum ਦੋਸਤੋ ਕੀ ਹਾਲ ਹਨ ਕਿਸੇ ਉਮੀਦ ਕਰਨਾ ਕਿ ਮੇਰੇ ਤਮਾਮ ਦੋਸਤ ਠੀਕ ਹੋ ਸਨ ਜਥੋ ਸਨ ਖੁਸ਼ ਸਨ ਦੋਸਤੋ ਹ ਇਹ ਦੇ ਦੇ ਪਵੇ ਇਹ ਪਈਏ ਮੰਝ ਇਹਦੇ ਪਵੇ ਇਹ ਟਾਈਮ ਨਹਿਰ ਦੇ ਵਿੱਚ ਪਈਏ ਇਹ ਸਾਰਾ ਪਾਣੀ ਹੈ ਇਹ ਸਾਰੀ ਨਹਿਰ ਤਾਂ ਇਹ ਮੰਝ ਮਰੀਏ ਜਿਵੇਂ ਜੋ ਵੀ ਥੇ ਲੇਕਿਨ ਸਾਡੀ ਇਨਸਾਨੀਅਤ ਦਾ ਹਾਲਾਤ ਚੈੱਕ ਕਰ ਗਿਨੋ ਕਿ ਇਹ ਹਲਾਲ ਜਾਨਵਰ ਔਰ ਹਲਾਲ ਜਾਨਵਰ ਕੋਈ ਨਾ ਨਹਿਰ ਦੇ ਵਿੱਚ ਛੱਡ ਦਿੱਤੇ ਇਹ ਹੁਣ ਇੱਥਾਂ ਆ ਕੇ ਅੜ ਗਈ ਹੈ ਕੋਈ ਖੰਭਾ ਪਏ ਖੰਭੇ ਦੇ ਵਿੱਚ ਹੁਣੀ ਕੋ ਮੈਨਾਂ ਗਾਵਣੇ ਇਹ ਕਿਵੇਂ ਲੰਗ ਸੀ ਤੇ ਕਿਵੇਂ ਨਾ ਲੰਗ ਸੀ ਇਹ ਜ਼ਲੀਲ ਕਰੇ ਸੀ ਇਡੂ ਸਾਡੇ ਨਾਲ ਘਾਰਨ ਪਏ ਇੰਦੀ ਸਮੈਲ ਵਗੈਰਾ ਇੱਥਾਂ ਸਾਰੇ ਇਲਾਕੇ ਇਲਾਕੇ ਵਾਲਿਆਂ ਕੋ ਇਹ ਖਰਾਬ ਕਰਨੀ ਪਈ ਹੈ ਤਾਂ ਇਹ ਇਨਸਾਨੀਅਤ ਦੇ ਹਾਲਾਤ ਚੈੱਕ ਕਰ ਗਿਨੋ ਕੇ ਇਹ ਹਲਾਲ ਜਾਨਵਰ ਇਹ ਕਿ ਕਿਦਾਈ ਪੂਰ ਦੇਦੇ ਕਿਦਾਈ ਟਿੱਬੇ ਤਾਂ ਸਾਡੇ ਨੇ ਕਿਦਾਈ ਇਹ ਕੋ ਮਤਲਬ ਸਾਇਰ ਤੇ ਰੱਖਦੇ ਨੇ ਇਹ ਹੁਣ ਪਾਣੀ ਵੀ ਲੰਗਦਾ ਪੈਗੂ ਹਰ ਮੁਸਲਮਾਨ ਜਾਨਵਰ ਪਰਿੰਦਾ ਹੈ ਇਨਸਾਨ ਹੈ ਪਾਣੀ ਪੀਂਦੇ ਔਰ ਇੰਦੇ ਜਰਾ ਸੀਮ ਮਾਂਜ ਦਾ ਜਰਾ ਸੀਮ ਪਾਣੀ ਦੇ ਵਿੱਚ ਵੈਸਣ ਔਰ ਇਹ ਅਗਾ ਵੰਜ ਕੇ ਜਰਾ ਸੀਮ ਪੈਦਾ ਕਰੇ ਸੰ ਤੇ ਇਨਸਾਨੀਅਤ ਇੰਦੇ ਪਾਣੀ ਦੇ ਤੋ ਕਰਕੇ ਵੀ ਖਰਾਬ ਥੀ ਸਕਦੀ ਹੈ ਤਾ ਮੁਸਲਮਾਨੋ ਯਾਰ ਕੋਈ ਹਯਾ ਕੀ ਤਕਰੋ ਕੋ ਮਿਹਰਬਾਨੀ ਕੀਤੀ ਕਰੋ ਯਾਰ ਇਹ ਇਨਸਾਨੀਅਤ ਤੇ ਤੁਹਾਡੀ ਹਲਾਲ ਚੀਜ਼ ਤੁਸੀਂ ਨਹਿਰ ਸਾ ਦਿੱਤੀ ਔਰ ਪਾਣੀ ਵਾਂਦਾ ਪੈ ਇਥਾਂ ਹਰ ਬੰਦਾ ਪਾਣੀ ਵੀ ਪੀਂਦੇ ਜਾਨਵਰੀ ਪੀਂਦਾ ਪੈ ਇਨਸਾਨ ਵੀ ਪੀਂਦਾ ਪੈ ਇਹ ਕਾਫੀ ਸਾਰੇ ਫਸਲਾਂ ਚ ਹੋਏਦਾ ਪੈ ਇੰਦੇ ਫਸਲ ਜਰ ਰਸੀਮ ਬੈਸਣ ਫਸਲਾਂ ਅਗੂ ਜਿਹੜੀਆਂ ਫਸਲਾਂ ਅਸਾਂ ਖਾਣੀਆਂ ਮਾਲ ਡੰਗਰ ਤੇ ਪੱਠੇ ਉਹਨਾਂ ਦੇ ਵਿੱਚ ਜਰ ਰਸੀਮ ਤਾ ਯਾਰ ਕੋਈ ਮਿਹਰਬਾਨੀ ਕੀਤੀ ਕਰੋ ਇਹ ਅੱਛੀ ਗੱਲ ਨਹੀਂ ਇਹ ਕੋ ਕਿਥਾਈ ਤੁਸੀਂ ਟਿਬੇ ਸਾਡੇ ਦੇ ਕਿਥਾਈ ਪੂਰ ਦੇ ਦੇ ਇਹ ਹਲਾਲ ਜਾਨਵਰ ਇਥਾਂ ਜ਼ਾਇਆ ਥਿਆ ਪਏ ਤਾਂ ਮਿਹਰਬਾਨੀ ਕੀਤੀ ਕਰੋ ਯਾਰ ਛੋਟੀ ਜੀ ਵੀਡੀਓ ਬਣਾਉਣ ਦਾ ਮਕਸਦ ਹੈ ਕਿ ਥੋੜਾ ਜਿਹਾ ਸ਼ਰਮ ਕੀਤਾ ਕਰੋ